ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਦਰਖਤ ਸਾਡੇ ਪਿੰਡ ਦੇ ਵਿੱਚ ਲਗਾਏ ਜਾ ਰਹੇ ਨੇ ਉਹਨਾਂ ਦੇ ਬਾਰੇ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ। ਆਓ ਦੋਸਤੋ ਸ਼ੁਰੂ ਕਰਦੇ ਹਾਂ। ਜਿਹੜੀ ਪਿੰਡ ਦੇ ਵਿੱਚ ਤੁਸੀਂ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਆ, ਕਲੱਬ ਦੇ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਨੇ, ਦੋਨੋ ਸਰਪੰਚ ਸਾਹਿਬ ਸਾਡੇ ਨਾਲ ਨੇ। ਵਕੀਲ ਸਿੰਘ ਜੀ, ਪਹਿਲਾਂ ਤੁਸੀਂ ਦੱਸੋ ਵੀ ਕਿੰਨੀ ਗ੍ਰਾਂਟ ਆ ਜਿਹੜੀ ਤੁਹਾਨੂੰ ਬੂਟੇ ਲਾਉਣ ਲਈ ਉਹ ਪਿੰਡ ਦੇ ਵਿੱਚ ਆਈ ਹੈਗੀ? ਨਹੀਂ, ਇਹਦੇ ਵਿੱਚ ਸਾਨੂੰ ਕੋਈ ਗ੍ਰਾਂਟ ਤਾਂ ਨਹੀਂ ਸੀ। ਸਾਡੇ ਜਿਹੜੇ NRI ਵੀਰ ਆ ਤੇ ਫੌਜੀ ਵੀਰ ਆ, ਕੁਛ ਪਿੰਡ ਚੋਂ ਸਹਿਯੋਗੀ ਸੱਜਣਾ ਨੇ ਸਾਡਾ ਸਹਿਯੋਗ ਦਿੱਤਾ ਤੇ ਅਸੀਂ ਚਾਹੁੰਦੇ ਪਿੰਡ ਵਧੀਆ ਹਰਾ ਭਰਾ ਬਣਾਈਏ ਤੇ ਇੱਕ ਸੁੰਦਰ ਦ੍ਰਿਸ਼ ਦੇਈਏ ਪਿੰਡ ਨੂੰ। ਤੇ ਸਾਡੀ ਸੋਚ ਵੀ ਹੈ ਵੀ ਵਧੀਆ ਕੰਮ ਕਰੀਏ ਤੇ ਗਾਂ ਨੂੰ ਵੱਧ ਚੜ ਕੇ ਪਿੰਡ ਵਾਲੇ ਸਾਰੇ ਬੰਦੇ ਸਾਨੂੰ ਸਹਿਯੋਗ ਦੇਣ। ਜੋ ਇਹ ਬੂਟੇ ਲਾਉਣ ਦਾ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਨਿੱਜੀ ਤੌਰ ਤੇ ਆਪਣੇ ਵੱਲੋਂ ਹੀ ਕਰ ਰਹੇ ਹੋ ਜਾਂ ਕੋਈ ਹੋਰ ਵੀ ਤੁਹਾਨੂੰ ਸੰਸਥਾ ਜਿਹੜੀ ਉਹ ਸਹਿਯੋਗ ਕਰ ਰਹੀ ਹੈਗੀ ਇਸ ਵਿੱਚ? ਇਹਦੇ ਵਿੱਚ ਹੀ ਸਾਡੇ ਸਾਰੀ ਪੰਚਾਇਤ ਸ਼ਾਮਿਲ ਆ ਜੀ, ਕਲੱਬ ਸਾਡਾ ਸ਼ਾਮਿਲ ਆ ਜੀ ਸਾਰਾ, ਤੇ NRI ਵੀਰ ਸਾਡੇ ਫੌਜੀ ਵੀਰ ਤੇ ਪਿੰਡ ਚੋਂ ਹੋਰ ਸਹਿਯੋਗੀ ਸੱਜਣ ਜਿਹੜੇ, ਉਹਨਾਂ ਨੇ ਸਹਿਯੋਗ ਦਿੱਤਾ ਜੀ ਸਾਡਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੀਰ ਹੋਰਾਂ ਨੇ ਦੱਸਿਆ ਕਿ ਦੂਸਰੀ ਸਾਰੀ ਹੀ ਪੰਚਾਇਤ ਅਤੇ ਕਲੱਬ ਦੇ ਮੈਂਬਰ ਸਹਿਬਾਨ ਤੇ ਯੂਥ ਸਾਰਾ ਹੀ ਸਾਡਾ ਜਿਹੜਾ ਇਹ ਬੂਟੇ ਲਾਉਣ ਦੇ ਵਿੱਚ ਸਹਿਯੋਗ ਕਰ ਰਿਹਾ ਹੈਗਾ। ਜੋ ਅੱਜ ਬੂਟੇ ਲਾਏ ਜਾ ਰਹੇ ਨੇ, ਇਹਨਾਂ ਦੀ ਸਾਂਭ ਸੰਭਾਲ ਦੇ ਲਈ ਅੱਗੇ ਆਪਣਾ ਕੀ ਪ੍ਰੋਜੈਕਟ ਹੈ, ਕਿਉਂਕਿ ਕਾਫੀ ਸਾਰੇ ਦਰਖਤ ਜਿਹੜੇ ਉਹ ਲਾ ਦਿੱਤੇ ਜਾਂਦੇ, ਉਸ ਤੋਂ ਬਾਅਦ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਉਹ ਨਹੀਂ ਕੀਤੀ ਜਾਂਦੀ ਤੇ ਬਹੁਤ ਛੇਤੀ ਜਿਹੜੇ ਦਰਖਤ ਖਤਮ ਹੋ ਜਾਂਦੇ ਆ, ਤੁਸੀਂ ਇਸ ਦੇ ਬਾਰੇ ਸਾਨੂੰ ਕੀ ਕਹਿਣਾ ਚਾਹੋਗੇ? ਬਾਈ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵੀਡੀਓ ਦੇਖਣ ਵਾਲਿਆਂ ਨੂੰ। ਮੈਂ ਤਣੋ ਮਣੋ ਕਹਿਣਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਦੋਹੇ ਪੰਚਾਇਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਮੁਹਿੰਮ ਸ਼ੁਰੂ ਕੀਤੀ ਹੈਗੀ, ਤੇ ਬਾਕੀ ਅਸੀਂ ਕਲੱਬ ਦੇ ਤੌਰ ਤੇ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਤੇ ਜਿਹੜੀ ਬੂਟਾ ਦੀ ਸਾਂਭ ਸੰਭਾਲ ਹੈ ਉਹ ਅਸੀਂ ਤੀਜੇ ਚੌਥੇ ਦਿਨ ਦੇਖ ਰੇਖ ਹੇਠ ਰੱਖਾਂਗੇ ਜੀ। ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਵੱਧ ਤੋਂ ਵੱਧ ਦੋਹੇ ਪੰਚਾਇਤਾਂ ਦਾ ਤੇ ਕਲੱਬ ਦਾ ਸਾਰਾ ਸਹਿਯੋਗ ਦੇਣ, ਬੂਟਿਆਂ ਦੀ ਸਾਂਭ ਸੰਭਾਲ ਰੱਖੀਏ ਤਾਂ ਕਿ ਸਾਰਾ ਨਗਰ ਹਰਿਆ ਭਰਿਆ ਦਿਸੇ ਜੀ। ਹਾਂਜੀ ਦੋਸਤੋ, ਤੁਸੀਂ ਦੇਖ ਹੀ ਰਹੇ ਹੋ ਕਿ ਆਪਣੇ ਪਿੰਡ ਦੇ ਵਿੱਚ ਕਾਫੀ ਹੱਦ ਤੱਕ ਬੂਟੇ ਲਾਏ ਜਾ ਚੁੱਕੇ ਹਨ ਅਤੇ ਹੋਰ ਵੀ ਲਾਏ ਜਾਣਗੇ। ਦੋਨੇ ਸਰਪੰਚਾਂ ਦੇ ਵੱਲੋਂ ਸਾਰੇ ਨਗਰ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਸਾਰੇ ਨਗਰ ਨੇ ਰਲ ਮਿਲ ਕੇ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਹੈ, ਆਪਣੇ ਪਿੰਡ ਨੂੰ ਹਰਾ ਭਰਾ ਬਣਾਉਣਾ ਅਤੇ ਸਾਫ਼ ਸੁਥਰਾ ਬਣਾਉਣਾ। ਜੇਕਰ ਤੁਸੀਂ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਅਤੇ ਪਿੰਡ ਦੇ ਵਿੱਚ ਲਾਏ ਗਏ ਦਰਖਤਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਣਾ ਸਹਿਯੋਗ ਕਰੋਗੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ। ਧੰਨਵਾਦ ਮੇਰੇ ਦੋਸਤੋ।